ਪੰਜਾਬ ਦੇ ਵਿੱਚ ਅਮਨ ਸ਼ਾਂਤੀ ਦੀ ਸਥਿਤੀ ਇਸ ਕਦਰ ਬਦ ਤੋਂ ਬਦਤਰ ਹੋ ਚੁੱਕੀ ਹੈ ਜਿਸ ਤੋਂ ਸਪਸ਼ਟ ਹੁੰਦਾ ਕਿ ਸੂਬੇ ਅੰਦਰ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਨਹੀਂ ਬਲਕਿ ਗੈਂਗਸਟਰ ਸਰਕਾਰ ਚਲਾ ਰਹੇ ਨੇ ਜਿਸ ਦਾ ਖਮਿਆਜ਼ਾ ਆਉਣ ਵਾਲੇ ਸਮੇਂ ਦੇ ਵਿੱਚ ਕਾਂਗਰਸ ਨੂੰ ਭੁਗਤਣਾ ਪਵੇਗਾ। ਇਸ ਗੱਲ ਦਾ ਪ੍ਰਗਟਾਵਾ ਸਾਬਕਾ ਉਪ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਨਜ਼ਦੀਕੀ ਪਿੰਡ ਭਾਈ ਕੀ ਪਿਛੌਰ ਵਿਖੇ ਪਾਰਟੀ ਦੇ ਸੀਨੀਅਰ ਆਗੂ ਪ੍ਰੀਤ ਮਹਿੰਦਰ ਸਿੰਘ ਭਾਈ ਕੀ ਪਿਛੌਰ ਦੀ ਅਗਵਾਈ ਦੇ ਵਿੱਚ ਹੋਈ ਪਾਰਟੀ ਮੀਟਿੰਗ ਉਪਰੰਤ ਉਹਨਾਂ ਦੇ ਨਿਵਾਸ ਸਥਾਨ 'ਤੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਕਿ ਉਹਨਾਂ ਕਿਹਾ ਕਿ ਸੂਬੇ ਅੰਦਰ ਕਾਂਗਰਸ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਦੇ ਖਿਲਾਫ਼ ਅਕਾਲੀ ਦਲ ਵੱਲੋਂ ਕੀਤੀਆਂ ਜਾ ਰਹੀਆਂ ਰੋਸ ਰੈਲੀਆਂ ਦੇ ਵਿੱਚ ਲੋਕਾਂ ਦਾ ਭਾਰੀ ਇਕੱਠ ਸਾਬਤ ਕਰਦਾ ਕਿ ਲੋਕ ਕਾਂਗਰਸ ਦੀ ਸਰਕਾਰ ਤੋਂ ਤੰਗ ਆ ਚੁੱਕੇ ਨੇ ਅਤੇ ਸਰਦਾਰ ਬਾਦਲ ਦੀ ਸਰਕਾਰ ਨੂੰ ਯਾਦ ਕਰ ਰਹੇ ਨੇ। ਉਹਨਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਗੁਟਕਾ ਸਾਹਿਬ ਦੀ ਝੂਠੀ ਸੌਂਗ ਚੁੱਕ ਕੇ ਸੂਬੇ ਦੇ ਲੋਕਾਂ ਨੂੰ ਬੇਵਕੂਫ ਬਣਾਇਆ ਅਤੇ ਲੋਕਾਂ ਦੇ ਨਾਲ ਵਿਸ਼ਵਾਸਘਾਤ ਕੀਤਾ ਹੈ। ਉਹਨਾਂ ਨੇ ਸੂਬੇ ਦੇ ਅੰਦਰ ਫੈਲੇ ਗੈਂਗਸਟਰ ਰਾਜ ਲਈ ਸਿੱਧੇ ਤੌਰ 'ਤੇ ਕਾਂਗਰਸ ਸਰਕਾਰ ਨੂੰ ਜ਼ਿੰਮੇਦਾਰ ਠਹਿਰਾਉਂਦਿਆਂ ਕਿਹਾ ਕਿ ਗੈਂਗਸਟਰਾਂ ਦੇ ਨਾਲ ਕਾਂਗਰਸ ਮੰਤਰੀ ਮਿਲੇ ਹੋਏ ਨੇ ਅਤੇ ਦੂਜੇ ਪਾਸੇ ਨਸ਼ਾ ਤਸਕਰਾਂ ਤੋਂ ਕਾਂਗਰਸੀ ਵਿਧਾਇਕ ਮਹੀਨਾ ਲੈ ਰਹੇ ਨੇ। ਅਜਿਹੇ ਵਿੱਚ ਪੰਜਾਬ ਦੇ ਭਲੇ ਦੀ ਉਮੀਦ ਨਹੀਂ ਕੀਤੀ ਜਾ ਸਕਦੀ ਕਿਉਂਕਿ ਅਗਰ ਪੁਲਿਸ ਕੋਈ ਗੈਂਗਸਟਰ ਜਾਂ ਨਸ਼ਾ ਤਸਕਰ ਫੜਦੀ ਹੈ ਤਾਂ ਕਾਂਗਰਸੀ ਵਿਧਾਇਕ ਅਤੇ ਮੰਤਰੀ ਉਸ ਨੂੰ ਫੜਨ ਨਹੀਂ ਦਿੰਦੇ ਅਤੇ ਛੁਡਵਾ ਦਿੰਦੇ ਨੇ। ਉਹਨਾਂ ਕਿਹਾ ਕਿ ਅਕਾਲੀ ਦਲ ਪੰਜਾਬ ਅਤੇ ਪੰਜਾਬੀਆਂ ਦੇ ਹਿੱਤਾਂ ਦੀ ਰਾਖੀ ਲਈ ਪੂਰੀ ਤਰ੍ਹਾਂ ਸੰਜੀਦਾ ਅਤੇ ਵਚਨਬੱਧ ਹੈ। ਉਹਨਾਂ ਨੇ ਢੀਂਡਸਾ ਪਰਿਵਾਰ ਵੱਲੋਂ ਪੰਥਕ ਰੈਲੀ ਦੇ ਨਾਮ 'ਤੇ ਸੰਗਰੂਰ ਦੇ ਵਿੱਚ ਕੀਤੀ ਗਈ ਰੈਲੀ 'ਤੇ ਵਿਅੰਗ ਕੱਸਦਿਆਂ ਕਿਹਾ ਕਿ ਰੈਲੀ ਦੇ ਵਿੱਚ ਸ਼ਾਮਲ ਲੋਕ ਤਰ੍ਹਾਂ ਤਰ੍ਹਾਂ ਦੀਆਂ ਪਾਰਟੀਆਂ ਦੇ ਸ਼ਾਮਲ ਆਗੂ ਸਨ ਅਤੇ ਉਕਤ ਰੈਲੀ ਦੌਰਾਨ ਵੱਖ ਵੱਖ ਆਗੂਆਂ ਵੱਲੋਂ ਦਿੱਤੇ ਗਏ ਬਿਆਨਾਂ ਨੇ ਸਾਬਤ ਕਰ ਦਿੱਤਾ ਕਿ ਇਹ ਰੈਲੀ ਅਕਾਲੀ ਦਲ ਦੀ ਨਹੀਂ ਬਲਕਿ ਟਕਸਾਲੀ ਅਕਾਲੀ ਦਲ ਦੀ ਸੀ ਜਿਸ ਨਾਲ ਅਕਾਲੀ ਦਲ ਨੂੰ ਕੋਈ ਫਰਕ ਨਹੀਂ ਪਵੇਗਾ। ਉਹਨਾਂ ਨੇ ਟਕਸਾਲੀ ਆਗੂਆਂ ਵੱਲੋਂ SGPC ਅਤੇ ਵਿਧਾਨ ਸਭਾ ਚੋਣਾਂ ਲੜਨ ਦੇ ਦਿੱਤੇ ਗਏ ਬਿਆਨ 'ਤੇ ਗੱਲਬਾਤ ਕਰਦਿਆਂ ਕਿਹਾ ਕਿ ਸਭ ਨੂੰ ਚੋਣਾਂ ਲੜਨ ਦੀ ਆਜ਼ਾਦੀ ਹੈ ਪਰ ਚੋਣਾਂ ਲੜਨ ਵਾਲੇ ਆਗੂ ਲੋਕਾਂ ਲਈ ਕੁਝ ਕਰਕੇ ਤਾਂ ਦਿਖਾਉਣ। ਉਹਨਾਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਕਲੀਨ ਚਿੱਟ ਮੁੱਖ ਮੰਤਰੀ ਕਰਾਰ ਦਿੰਦਿਆਂ ਕਿਹਾ ਕਿ ਸੂਬੇ ਦੇ ਅੰਦਰ ਕਿਸੇ ਵੀ ਕਾਂਗਰਸੀ ਆਗੂ 'ਤੇ ਕਿਸੇ ਤਰ੍ਹਾਂ ਦਾ ਦੋਸ਼ ਲੱਗਣ 'ਤੇ ਮੁੱਖ ਮੰਤਰੀ ਇੱਕ ਮਿੰਟ ਦੇ ਵਿੱਚ ਕਲੀਨ ਚਿੱਟ ਦਿੰਦੇ ਨੇ ਜਿਸ ਤੋਂ ਸਪਸ਼ਟ ਹੁੰਦਾ ਹੈ ਕਿ ਮੁੱਖ ਮੰਤਰੀ ਪੰਜਾਬ ਦੇ ਵਿਕਾਸ ਭਲੇ ਅਤੇ ਅਮਨ ਸ਼ਾਂਤੀ ਦੇ ਲਈ ਵਚਨਬੱਧ ਨਹੀਂ। ਉਹਨਾਂ ਨੇ DGP ਵੱਲੋਂ ਕਰਤਾਰਪੁਰ ਸਾਹਿਬ ਦੇ ਲਾਂਘੇ ਵਾਲੇ ਦਿੱਤੇ ਬਿਆਨ ਦੀ ਸਖਤ ਸ਼ਬਦਾਂ ਦੇ ਵਿੱਚ ਨਿੰਦਾ ਕਰਦਿਆਂ ਕਾਂਗਰਸੀ ਮੰਤਰੀ ਭਾਰਤ ਭੂਸ਼ਣ ਨੂੰ ਵੀ ਵੱਖ ਵੱਖ ਕੇਸਾਂ ਵਿੱਚ ਕਲੀਨ ਚਿੱਟ ਦੇਣ ਦੇ ਮਾਮਲੇ 'ਤੇ ਵੀ ਸਖਤ ਸ਼ਬਦਾਂ ਵਿੱਚ ਨਿੰਦਾ ਕੀਤੀ ਹੈ। ਜਗਤ ਸੇਵਕ WebTV ਲਈ ਸੰਗਰੂਰ ਤੋਂ ਜਤਿੰਦਰ ਸਿੰਘ ਦੀ ਰਿਪੋਰਟ। ਟੂਰਨਾਮੈਂਟ ਸੀ ਇੱਥੇ ਜਿੱਥੇ ਉਹਨਾਂ ਨੇ ਮੈਨੂੰ ਕਾਫੀ ਦੇਰ ਤੋਂ ਦੋ ਮਹੀਨੇ ਪਹਿਲੇ ਮੈਨੂੰ ਇਨਵਾਈਟ ਕੀਤਾ ਸੀ ਉਹ ਟੂਰਨਾਮੈਂਟ ਸੰਬੰਧ ਆਏ ਫਿਰ ਮੈਂ ਕਿਹਾ ਕਿ ਜਦੋਂ ਆ ਰਿਹਾ ਸਾਰੇ ਜਿਹੜੇ ਵਰਕਰ ਹੈ ਆਪਣੇ ਪਾਰਟੀ ਦੇ ਉਹਨਾਂ ਨੂੰ ਆਪਣੇ ਤੁਹਾਨੂੰ ਤਾਲਮੇਲ ਉਹਨਾਂ ਨੂੰ ਕਰੀਏ ਉਹਨਾਂ ਨੇ ਮੈਨੂੰ ਸਾਰਿਆਂ ਨੇ ਕਿਹਾ ਸਾਡੇ ਘਰੇ ਆਓ ਚਾਹ ਪੀਓ ਸੋ ਅਸੀਂ ਸਾਡੇ ਪ੍ਰੋਗਰਾਮ ਬਣੇ। ਇਹ ਕਿੰਨੀਆਂ ਮੀਟਿੰਗਾਂ ਨੇ ਜੀ ਅੱਜ ਜਿਹੜੀਆਂ ਵਰਕਰਾਂ ਨਾਲ? ਅੱਜ ਤਕਰੀਬਨ 4 ਜਾਂ 5 ਮੀਟਿੰਗਸ ਹੈਗੀਆਂ ਲਹਿਰੇ ਹਲਕੇ 'ਚ ਉਹਦੇ ਬਾਅਦ ਸ਼ਾਮ ਨੂੰ ਸਾਡਾ ਅੰਮ੍ਰਿਤਸਰ ਪ੍ਰੋਗਰਾਮ ਹੈ ਅਤੇ ਕੱਲ੍ਹ ਜਿਵੇਂ ਲਗਾਤਾਰ ਸਾਡੀ ਰੋਸ ਰੈਲੀ ਜਿਹੜੀ ਚੱਲ ਰਹੀ ਹੈ ਲੋਕਾਂ ਦੇ ਵਿੱਚ ਤੁਸੀਂ ਦੇਖਿਆ ਉਹਨਾਂ ਉਤਸ਼ਾਹ ਬਹੁਤ ਜ਼ਿਆਦਾ ਹੈ ਲੋਕਾਂ ਦੇ ਵਿੱਚ ਗੁੱਸਾ ਕੈਪਟਨ ਦੇ ਖਿਲਾਫ ਹੈ ਇਸ ਸਰਕਾਰ ਦੇ ਖਿਲਾਫ ਹੈ ਇਹਦੇ ਝੂਠੇ ਸੌਂ ਜਿਹੜੀ ਲਿੱਤੀਆਂ ਉਹਦੇ ਖਿਲਾਫ ਜਨਤਾ ਦਾ ਬੜਾ ਗੁੱਸਾ ਹੈ ਕਿ ਸਾਨੂੰ ਇਸ ਕੈਪਟਨ ਨੇ ਬੇਵਕੂਫ ਬਣਾਇਆ
ਇਹ ਜਿਹੀਆਂ ਗੁਟਕਾ ਸਾਹਿਬ ਦੀ ਸਹੁੰ ਖਾ ਕੇ ਲੋਕਾਂ ਦੇ ਮਨ 'ਚ ਇੱਕ ਉਮੀਦ ਜਗਾਈ ਸੀ ਕਿ ਲੋਕ ਕੋਈ ਆਮ ਉਦਾਹਰਣ ਹੈ ਕਿ ਕੋਈ ਝੂਠੀ ਸਹੁੰ ਨਹੀਂ ਖਾਂਦਾ ਗੁਟਕਾ ਸਾਹਿਬ, ਪਹਿਲਾ ਇਨਸਾਨ ਹੋਣਾ ਮੈਨੂੰ ਲੱਗਦਾ ਉਹ ਹੀ ਸਟੇਚਰ ਦਾ ਜਦੋਂ ਕੈਪਟਨ ਵਰਗਾ ਜਿਹੜਾ ਜਿਹੜਾ ਆਪਣੇ ਆਪ ਨੂੰ ਲੀਡਰ ਦਾ ਮਤਲਬ ਕੀ ਹੈ, ਜਿਹੜਾ ਲੀਡ ਕਰਦਾ ਹੈ, ਲੀਡਰ ਦੀ ਜ਼ਬਾਨ 'ਤੇ ਲੋਕਾਂ 'ਤੇ ਵਿਸ਼ਵਾਸ ਹੁੰਦਾ। ਜੇ ਕਾਂਗਰਸ ਪਾਰਟੀ ਦਾ ਮੁਖੀ ਲੀਡਰ ਝੂਠੀ ਸਹੁੰ ਖਾਏ ਲੋਕਾਂ ਨੂੰ ਬੇਵਕੂਫ ਬਣਾਉਣ ਵਾਸਤੇ, ਜਿਹਦੇ 'ਚ ਇਰਾਦਾ ਨਾ ਹੋਏ ਉਹਦਾ ਪੂਰਾ ਕਰਨ ਦਾ, ਸਹੁੰ ਇਹਨੂੰ ਪਤਾ ਹੋਏ ਕਿ ਮੇਰੀ ਸਹੁੰ ਝੂਠੀ ਖਾ ਰਿਹਾ, ਇਹ ਤੋਂ ਘਟੀਆ ਗੱਲ ਮਾੜੀ ਗੱਲ। ਪੰਜਾਬ ਕਾਨੂੰਨ ਵਿਵਸਥਾ ਦੀ ਜਿਹੜੀ ਹਾਲਤ ਨੇ, ਉਸ ਅੱਜ ਕਾਨੂੰਨ ਹੈ ਹੀ ਨਹੀਂ, ਰੋਜ਼ ਡਕੈਤੀਆਂ ਹੋ ਰਹੀਆਂ, ਗੈਂਗਸਟਰ ਦਾ ਰਾਜ ਆ, ਗੈਂਗਸਟਰ ਸਾਰੇ ਹੀ ਮੰਤਰੀਆਂ ਨਾਲ ਮਿਲੇ ਆ। ਹੁਣ ਮੈਂ ਕੱਲ੍ਹ ਫਾਜ਼ਿਲਕਾ ਫਿਰੋਜ਼ਪੁਰ ਹੋ ਕੇ ਆਇਆ, ਉੱਥੋਂ ਦੇ ਜਿਹੜੇ ਡਰੱਗ ਸਾਰਾ ਹੀ ਗੈਂਗਸਟਰ ਰਨ ਕਰ ਰਿਹਾ, ਅਤੇ ਲੋਕਲ MLA ਦੀ ਸਪੋਰਟ ਆ ਉਹਨਾਂ, ਕਾਂਗਰਸ ਦੇ MLA ਦੀ, ਉਹਨਾਂ ਗੈਂਗਸਟਰਾਂ ਨੂੰ ਸਪੋਰਟ ਹੈ, ਪੁਲਿਸ ਤੋਂ ਉਹਨਾਂ ਨੂੰ ਫੜ ਨਹੀਂ ਦਿੰਦੇ। ਅੱਜ ਨਸ਼ਾ ਪੰਜਾਬ 'ਚ ਕਿਉਂ ਵਧਿਆ, ਕਿਉਂਕਿ ਜਿੰਨੇ ਨਸ਼ੇ ਵੇਚਣ ਵਾਲੇ ਆ ਉਹਨਾਂ ਨੂੰ ਪੇਟਨੇਜ ਕਾਂਗਰਸ ਦੀ MLA ਦੇ ਰਹੇ ਹੈ, ਕਾਂਗਰਸ ਦੇ MLA ਨੂੰ ਮਹੀਨਾ ਬੰਨ ਉਹ ਦੇ ਰਹੇ ਹੈ, ਕਾਂਗਰਸ ਦੇ ਹੁਣ MLA ਜਿਹੜੇ ਨਹੀਂ ਲੈ ਰਹੇ ਵਿਚਾਰੇ, ਇੱਕ ਦੋ ਹੈਗੇ ਉਹ ਵੀ ਉਹਨਾਂ ਤੋਂ ਬਿਆਨ ਦੇ ਦੋ ਆਪ ਕਹਿ ਰਿਹਾ। ਬੜੀ ਅਨਫੋਰਚੁਨੇਟ ਹੈ ਕਿ ਖਾਸ ਕਰਕੇ ਕੈਪੀਟਲ 'ਚ ਅਜਿਹੀ ਸਿਚੁਏਸ਼ਨ ਹੋਵੇ। ਮੈਂ ਤਾਂ ਕਹਿੰਦਾ ਪੂਰੀ ਜਾਂਚ ਹੋਣੀ ਚਾਹੀਦੀ ਹੈ ਕਿ ਮਗਰ ਕੌਣ ਹੈ, ਕੌਣ ਕਿਵੇਂ ਕਿਉਂ ਹੋ ਰਿਹਾ। ਸੁਖਵੀਰ ਜੀ, ਤੁਹਾਡੀ ਰੈਲੀ ਤੋਂ ਬਾਅਦ ਟੀਮ ਸਿੰਘ ਉਹਨਾਂ ਨੇ ਉੱਥੇ ਰੈਲੀ ਕਰੀ ਹੈ, ਅਤੇ ਉਹ ਕਹਿੰਦੇ ਵੀ ਅਕਾਲੀ ਦਲ ਇਹ, ਮੌਜੂਦਾ ਅਕਾਲੀ ਦਲ ਇਹ ਹੈ, ਅਤੇ ਤੁਹਾਨੂੰ ਪਾਰਟੀ ਪ੍ਰਧਾਨ ਦੇ ਪਦ ਦੇ ਉੱਤੇ ਉਤਾਰਨ ਦਾ ਪ੍ਰਸਤਾਵ ਪਾਸ ਕਰਿਆ, ਉਹਦੇ ਬਾਰੇ ਕੀ ਕਹੋਗੇ? ਮਰਜ਼ੀ ਕਹੀ ਜਾਣ, ਉਹਨੇ ਆਪਣੇ ਆਪ ਹੀ ਆਪਣਾ ਨਾਂ ਹੀ ਚੇਂਜ ਕਰ ਲਿਆ। ਉਹ ਤਾਂ ਕਹਿੰਦੇ ਟਕਸਾਲੀ, ਟਕਸਾਲੀ ਵੀ ਨਹੀਂ ਹੈ, ਉਹ ਤਾਂ ਜਾਲੀ ਹੈ, ਆਪਣੇ ਆਪ ਪੂਰਾ ਕਰ ਲੈਂਦੇ, ਪੂਰਾ ਕਰ ਲੈਂਦੇ। ਤੋ ਇਸ ਕਰਕੇ ਇਹਨਾਂ ਦਾ ਜਿਹੜੇ ਉਹ ਆਪ ਹੀ ਆਪਣੇ ਆਪ, ਉਹਨਾਂ ਸਟੇਜ 'ਚ ਕੌਣ ਹੈ? ਰਾਮੂ ਵਾਲੀ ਬੈਠਾ ਹੈ, ਰਾਮੂ ਵਾਲਾ ਕਿਹੜੀ ਪਾਰਟੀ 'ਚ ਹੈ? ਮੈਨੂੰ ਪਲੇ ਆਹੀ ਦੱਸ ਦਿਓ, ਸਮਾਜਵਾਦੀ ਪਾਰਟੀ 'ਚ ਲੜੇ, ਅਕਾਲੀ ਦਲ ਤੋਂ ਪਤਾ ਨਹੀਂ ਕਿੰਨੇ ਮਤਲਬ ਜਿੰਨੇ ਹਿੰਦੁਸਤਾਨ ਦੀਆਂ ਪਾਰਟੀਆਂ ਸਾਰੇ 'ਚ ਰਹਿ ਗਿਆ ਹੈ। ਨਾਲ ਬੀਰ ਦਵਿੰਦਰ ਕਿਹੜਾ ਹੈ? ਉਹ ਅਕਾਲੀ ਦਲ ਦਾ ਬੰਦਾ। ਸਰਨਾ ਕਿਹੜਾ ਹੈ? ਅਕਾਲੀ ਦਲ ਦਾ ਬੰਦਾ। ਸਰ ਉਹ ਕਹਿੰਦੇ ਪਹਿਲਾਂ SGPC ਫਿਰ ਪੰਜਾਬ ਅਸੈਂਬਲੀ, ਸੁਪਨੇ ਲੈਣੇ ਹਰ ਆਦਮੀ ਦਾ ਸੁਪਨੇ ਲੈ ਸਕਦਾ, ਲੈ ਲੈਣ ਉਹ ਆਪਣੇ ਆਪ ਨੂੰ, ਜੋ ਮਿਹਨਤ ਕਰਨ, ਜੇ ਮਿਹਨਤ, ਮੈਂ ਕਹਿੰਦਾ ਜੇ ਮਿਹਨਤ ਕਰਦੇ ਤੇ ਅੱਜ ਪਾਰਟੀ ਤਕੜੀ ਕਰ ਲੈਂਦੇ, ਜਿਹਨੇ ਹੁਣ ਲੱਗੇ ਮਿਹਨਤ ਕਰਨ। ਬੜਾ ਅਨਫੋਰਚੁਨੇਟ ਹੈ, ਪੁਲਿਸ ਦੇ DGP ਨੂੰ ਇਹ ਜੀ ਗੱਲ ਕਹਿਣੀ ਚਾਹੀਦੀ, ਸਪੈਸ਼ਲੀ ਬਾਰਡਰ ਏਰੀਏ ਦਾ DGP ਹੋਏ, ਇੱਕ ਕਮਿਊਨਿਟੀ ਨੂੰ ਕਹੇ, ਜਿਹੜੀ ਇੰਨੀ ਦੇਰ ਬਾਅਦ ਜਨਤਾ ਦੀ ਅਰਦਾਸਾਂ ਨਾਲ ਇੱਕ ਪਵਿੱਤਰ ਸਥਾਨ ਜਨਤਾ ਦੇ ਨੂੰ ਉੱਥੇ ਜਾਣ ਦਾ ਮੌਕਾ ਮਿਲਣ ਦਾ ਪ੍ਰੋਸੀਜਰ ਹੋਏ, ਅਤੇ ਉਹਦੇ ਬਾਅਦ ਜੇ ਕਹਿ ਜੇ ਬਿਆਨ ਦੇ, ਬੜਾ ਅਨਫੋਰਚੁਨੇਟ। ਭਾਰਤ ਭੂਸ਼ਣ ਦੇ ਟਾਡਾ ਕੇਸ ਜਿਹੜਾ ਹੈਗਾ, ਦੇਖੋ ਬੜਾ ਸੀਰੀਅਸ ਕੇਸ ਹੈ, ਉਹਦੇ ਆਪਣਾ ਕਨਫੈਸ਼ਨ ਹੈ, ਇੱਕ ਬੰਦੇ ਦਾ ਕਨਫੈਸ਼ਨ ਹੋਏ, ਇੱਕ ਪੁਲਿਸ ਔਫਿਸਰ ਨੇ ਉਹ ਓਫਿਸ਼ਲੀ ਕਿਹਾ। ਮੈਨੂੰ ਹੈਰਾਨ ਹੈ ਕੈਪਟਨ ਦੇ ਕਲੀਨ ਚਿੱਟ, ਕੈਪਟਨ ਦੀ ਪਹਿਲੇ ਵੀ ਮਰਡਰ ਕਰ ਦਿੰਦੇ ਸੀ ਕਾਂਗਰਸੀ, ਕਲੀਨ ਚਿੱਟ, ਡਰੱਗਸ ਵੇਚਦੇ ਆ ਕੈਪਟਨਾਂ ਦਾ ਕਲੀਨ ਚਿੱਟ, ਕਾਂਗਰਸੀ ਲੁੱਟਦੇ ਆ ਕਲੀਨ ਚਿੱਟ, ਸਾਰਿਆਂ ਨੂੰ ਇਹਦੀ ਤਾਂ ਆਦਤ ਹੈ ਕਲੀਨ ਚਿੱਟ, ਡੱਕਾ ਤੋਟਾ ਨਹੀਂ, ਕੰਮ ਕਰਨਾ ਨਹੀਂ, ਕਲੀਨ ਚਿੱਟ ਦੇਈ ਜਾਣਾ, ਐਂ ਸਰਕਾਰਾਂ ਚੱਲਦੀਆਂ। ਬਾਦਲ ਸਾਹਿਬ, ਬਾਦਲ ਸਾਹਿਬ।